ਕੀ ਹਾਲ ਚਾਲ ਜੀ? ਵਧੀਆ ਠੀਕ ਠਾਕ। ਵੀਡੀਓ ਨੂੰ ਕਰੋ ਸ਼ੇਅਰ, ਲਾਈਕ, ਕਮੈਂਟ, ਚੈਨਲ ਨੂੰ ਕਰੋ ਸਬਸਕ੍ਰਾਈਬ। ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਅਤੇ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ। ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ। ਲਓ ਜੀ, ਲੇਜ਼ਰ ਕਰਾ ਚੱਲਦਾ ਗਗਨਦੀਪ ਸਿੰਘ ਦੇ। ਇਹ ਮੱਕੀ ਵਾਲਾ ਪਲਾਟ ਹੈ। ਰਿੰਕੂ ਬਾਈ ਪੀ ਰਿਹਾ ਚਾਹ। ਕਿੱਧਰੋਂ ਖਿੱਚੀ ਜਾਂਦਾ ਰਿੰਕੂ? ਇੱਧਰੋਂ ਇੱਧਰੋਂ ਜਾਂਦੀ ਹੈ ਮਿੱਟੀ, ਮਿੱਟੀ ਜਾਂਦੀ ਹੈ। ਆਹ ਪਾਸਾ ਸੀਗਾ ਨੀਵਾਂ ਅਤੇ ਉਹ ਪਾਸਾ ਉੱਚਾ, ਚੱਲਦਾ ਲੇਜ਼ਰ। ਹੁਣ ਚਾਹ ਪੀਣ ਕਰਕੇ ਰੋਕਿਆ ਹੋਇਆ। ਪਲਾਟ ਇੱਕ ਬਣਾ ਦੇਣਾ, ਸਾਰਾ ਕਿਆਰਾ ਜੀਰੀ ਦਾ ਇੱਕੋ ਕਰਨਾ। ਇਹੋ ਜਿਹੇ ਤਰੀਕੇ ਨਾਲ ਪੱਧਰ ਕਰਦੇ, ਤੁਹਾਨੂੰ ਦੱਸਤੀ ਗੱਲ ਵੀ ਸਾਰਾ ਇਹ 'ਚ ਵੀ ਇੱਕ ਵੀ ਵੱਟ ਨਹੀਂ ਪਾਉਣੀ। ਕਹਿੰਦਾ ਗੱਗੀ, ਕਹਿੰਦਾ ਜਿੱਡਾ ਇਹ ਪਲਾਟ ਹੈ ਵੀ ਆਪਾਂ ਇੱਕੋ ਕਰ ਦੇਣਾ, ਮੋਟਰਾਂ ਦੋ ਨੇ, ਉੱਧਰੋਂ ਉੱਧਰਲੀ ਛੱਡ ਦਿਆ ਕਰਨੀ ਆ, ਇੱਧਰੋਂ ਆਹ ਖਾਲ ਨਿਕਲਦਾ, ਇੱਥੋਂ ਛੱਡ ਦਿਆ ਕਰਨੀ ਆ, ਦੋ ਮੋਟਰਾਂ ਨੇ ਵੀ ਆਪਾਂ ਨੇ ਕਿਆਰਾ ਕੋਈ ਨਹੀਂ ਪਾਉਣਾ। ਬਾਕੀ ਦੇਖਦੇ ਹਾਂ ਹੁਣ ਰਿੰਕੂ ਬਾਈ ਜੇ ਤਾਂ ਕਰ ਦੂਗਾ 0-0 ਫਿਰ ਤਾਂ ਕਿਆਰਾ ਨਹੀਂ ਪੈਂਦਾ। ਜੇ 0-0 ਨਾ ਹੋਇਆ ਤਾਂ ਕਿਆਰਾ ਪਊਗਾ ਹੀ ਪਊਗਾ। ਲਾਂਬਾ ਹਾਂ, ਜੁੱਤੀਆਂ ਨੂੰ ਥਾਓ, ਲੇਜ਼ਰ ਵਾਲੇ ਨੂੰ। ਪਰ ਆਪਾਂ ਇਹ ਕਰਕੇ ਲੱਗੇ ਹਾਂ ਵੀ ਅਸੀਂ ਕੋਈ ਲਾਂਬਾ ਨਹੀਂ ਲੈਣਾ, ਕਿਉਂਕਿ ਅਸੀਂ ਆਪਦੇ ਵਾਸਤੇ ਕਰਦੇ ਹਾਂ, ਅਸੀਂ ਕਿਸੇ ਦਾ ਨਹੀਂ ਕਰਦੇ, ਇੱਕ ਭਾਈਚਾਰੇ ਲਿਹਾਜ਼ 'ਚ ਅਸੀਂ ਕਰ ਰਹੇ ਹਾਂ। ਬਸ ਕਿਰਾਇਆ ਅਸੀਂ ਲਾਉਂਦੇ ਨਹੀਂ, ਸਿਰਫ ਲਿਹਾਜ਼ ਹੈ, ਲਿਹਾਜ਼ 'ਚ ਇਹ ਕਰਨਾ। ਇਹ ਵੀ ਗੱਲ ਹੈ, ਇਹਨੂੰ ਕਹਿਤੀ ਵੀ ਤੇਲ ਪਾਉਣਾ ਹੋਇਆ ਪਾ ਦੀ, ਨਹੀਂ ਪਾਉਣਾ ਹੋਇਆ ਨਾ ਸਹੀ, ਉਹ ਤੇਰੀ ਮਰਜ਼ੀ ਹੈ ਵੀ, ਪਰ ਤੇਰਾ ਪੱਧਰ ਜ਼ਰੂਰ ਕਰ ਦਾਂਗੇ। ਐਡੀ ਵੀ ਕੋਈ ਗੱਲ ਨਹੀਂ ਵੀ, ਬਸ ਪਿਆਰ ਇਹ ਹੈ। ਬਸ ਅੱਜ ਸਪੈਸ਼ਲ ਇਹ ਲਿਆਂਦਾ, ਨਹੀਂ ਇਹ ਕੱਦੂ ਦੇ ਤੀਗਾ, ਆਹ ਦੇਖੋ ਇਹ ਲੁਕੀ ਜਾਂਦਾ, ਪਤਾ ਨਹੀਂ ਕੀ ਗੱਲ ਹੈ। ਸਹੋਲੀ ਕੰਮ ਨਿਬੜ ਗਿਆ, ਤੂੰ ਤਾਂ 3-4 ਦਿਨ ਲਾਇਆ ਆ ਸਹੋਲੀ, ਪਨੀਰੀ ਵਾਲਾ ਹੈਗਾ, ਬਾ ਪਨੀਰੀ ਵਾਲਾ ਅੱਜ ਹੋਜੂ ਵਿਹਲਾ, ਜਾਣੀ ਲਾ ਕੇ। ਚਲੋ ਵਧੀਆ, ਜਾਣੀ ਹੁਣ ਆਪਾਂ ਉਰੇ ਲੱਗ ਗਏ। ਮੋਟਰ ਚੱਲਦੀ ਹੈ ਜੀ, ਲਾਈਟ ਆ ਗਈ ਸੀ। ਚਾਰ ਵੋਲਟੇਜ ਹੈ, 21/22 ਅੰਪੇਅਰ ਲੈ ਰਹੀ ਹੈ। ਲਓ ਜੀ ਮਿੱਤਰੋ ਜੀ, ਕਿਸਾਨ ਭਰਾਵੋ, ਚਲਾਤਾ ਜੀ ਕੰਮ ਕੰਬਾਈਨ ਦਾ, ਅਤੇ ਅੱਜ ਬੱਦਲ ਵੀ ਹੋਇਆ ਵਾ, ਅਤੇ ਮੱਕੀ ਦੇਖੋ ਕਿੰਨਾ ਨੁਕਸਾਨ ਹੈ, ਡਿੱਗੀ ਪਈ ਆ। ਸਾਈਡ ਵਾਲੇ ਗੇੜੇ ਲਾ ਰਿਹਾ ਘੱਟ ਰੱਖ ਕੇ, ਕਿਉਂਕਿ ਉਹ ਬਾਕੀ ਸਾਈਡ ਵੱਡੀ ਹੋਈ ਆ, ਦੇਖੋ ਇਹ ਮਸ਼ੀਨ ਮੋਟਰ ਲੱਗ ਜੂ, ਉਹਨੇ ਕੇ ਲਾ ਰਿਹਾ ਤਾਂ ਕਿ ਕਿਸਾਨ ਭਰਾ ਦਾ ਨੁਕਸਾਨ ਨਾ ਹੋਵੇ। ਅਤੇ ਗੱਗੀ ਬਾਈ ਵੀ ਆਉਂਦਾ ਛੱਲੀਆਂ ਚੱਕੀਆਂ, ਦੇਖੋ ਇਹ ਆਵਤ ਤਾਂ ਆਇਆ ਵਾ ਆਮਨੇ ਦੇ, ਛੱਲੀਆਂ ਪਾਉਣੀਆਂ ਨੇ ਥਾਣੇਦਾਰ ਵਿੰਦਰ ਦਾ ਕੋਲ। ਮਿੱਤਰੋ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਵੀ ਮਸ਼ੀਨ ਦਾਣਾ ਲਾ ਕੇ ਮਾਰਨਾ ਜੀ, ਮਗਰ ਜੀ ਮਾਰਦੀ ਹੈ ਜਾਂ ਬਾਸਕਟ ਰਾਹੀਂ ਮਾਰਦੀ ਹੈ ਅਤੇ ਭੰਨਦੀ ਆ ਦਾਣਾ। ਇਹਨੂੰ ਬਾਸਕਟ ਨੂੰ ਮਿੱਤਰੋ ਰੋਜ਼ ਜਾਂ ਤੀਜੇ ਦਿਨ, ਦੂਏ ਦਿਨ, ਤੀਜੇ ਦਿਨ ਜ਼ਰੂਰ ਸਾਫ਼ ਕਰਿਆ ਕਰੋ, ਟਾਂਡੇ ਦੇ ਵਾਲ ਵੱਜ ਜਾਂਦੇ ਨੇ ਵਿੱਚ ਬਾਸਕਟ ਦੇ, ਅਤੇ ਫਿਰ ਟੋਟਾ ਆਉਣ ਲੱਗ ਜਾਂਦਾ। ਦੇਖਣੀ ਪੈਂਦੀਆਂ ਟਾਕੀਆਂ ਖੁੱਲ੍ਹ ਕੇ, ਦੇਖ ਲਿਆ ਕਰੋ ਵੀ ਵਾਲ ਤਾਂ ਨਹੀਂ ਫਸੇ, ਵੀ ਜੇ ਵਾਲ ਫਸੇ ਮੇਰੇ ਤਾਂ ਸਫਾਈ ਕਰਿਆ ਕਰੋ, ਅਤੇ ਝਰਨੇ ਪਾ ਦਿਓ ਮਿੱਤਰੋ ਮਗਰ 24 ਨੰਬਰ 'ਤੇ। ਕੱਲ੍ਹ ਵੀ ਦੋ ਵੀਰਾਂ ਦੇ ਫੋਨ ਆਏ, ਕਹਿੰਦੇ ਜੀ ਦਾਣਾ ਬਹੁਤ ਆਉਂਦਾ ਮਸ਼ੀਨ 'ਚ, ਸਾਡੇ ਸੀਪਾਂ ਚੱਲਦੀਆਂ ਨੇ, ਸੀਪਾਂ ਨਹੀਂ ਮਿੱਤਰੋ ਚੱਲਦੀਆਂ, ਸੀਪਾਂ ਦੇ ਵਿੱਚ ਗੁੱਲਾ ਵੱਜ ਜਾਂਦਾ, ਫਿਰ ਚੋਕ ਹੋ ਜਾਂਦੀ ਆ ਅਤੇ ਵਾਲ ਵੱਜ ਜਾਂਦੇ ਨੇ, ਤਾਂ ਝਰਨਿਆਂ ਨਾਲੇ ਲੋਟ ਆਉਂਦਾ ਝਰਨਿਆਂ ਨਾਲੇ। ਇਸ ਕਰਕੇ ਝਰਨੇ 24 ਨੰਬਰ 'ਤੇ ਪਾ ਕੇ ਚਲਾ ਦਿਓ, ਕੋਕੇ ਦੀ ਰਿਪੋਰਟ, ਕੋਈ ਦਾਣੇ ਦੀ ਸ਼ਿਕਾਇਤ ਨਹੀਂ, ਕੋਈ ਟੋਟੇ ਦੀ ਸ਼ਿਕਾਇਤ ਨਹੀਂ ਆਊਗੀ, ਤਾਂ ਸਫਾਈ ਵੀ ਫੁੱਲ ਹੋਊਗੀ। ਅਤੇ ਮਾੜੀ ਮੋਟੀ ਰਹਿੰਦੀ ਖੁੰਹਦੀ ਗੱਲ ਇਹ ਹੁੰਦੀ ਹੈ, ਕਈ ਵਾਰੀ ਕਿਸਾਨ ਭਰਾ ਸਮਝ ਲਓ ਵੀ ਨਰਮ ਮੱਕੀ ਵਧਾ ਲੈਂਦਾ, ਉਹ 'ਚ ਵੀ ਟੋਟਾ ਹੋਣ ਲੱਗ ਜਾਂਦਾ, ਨਹੀਂ ਤਾਂ ਪੱਕੀ ਮੱਕੀ ਦਾ ਤਾਂ ਟੋਟਾ ਹੋਣਾ ਹੀ ਨਹੀਂ, ਸੋਨੇ ਵਰਗੀ ਮੱਕੀ ਨਿਕਲਣੀ ਆ। ਆਪਾਂ ਚਲਾਉਣੀ ਆ, ਬਹੁਤ ਸਾਲਾਂ 'ਤੇ ਚਲਾ ਰਹੇ ਹਾਂ, 2006 ਦੇ ਕੰਬਾਈਨਾਂ ਮੱਕੀ 'ਤੇ ਚਲਾ ਰਹੇ ਹਾਂ,
ਆਪਾਂ ਪੰਜਾਬ ਦੇ ਪਹਿਲੇ ਕਸਟਮਰ ਹਾਂ। ਪਹਿਲਾ ਜਿਹੜਾ ਆਪਾਂ ਨੇ ਮੱਕੀ ਵਾਲਾ ਕੱਟ 2006 'ਚ ਲੈ ਲਿਆ ਸੀ ਅਤੇ ਆਪਾਂ 7 ਤੋਂ ਮੱਕੀ ਵੱਢ ਰਹੇ ਹਾਂ। ਕੋਈ ਚੱਕਰ ਨਹੀਂ, ਹਰੇਕ ਸਾਲ ਆਪਾਂ 2 ਜਾਂ 3 ਮਸ਼ੀਨਾਂ ਮੱਕੀ 'ਤੇ ਚਲਾਉਂਦੇ ਹਾਂ ਅਤੇ ਪਰੀਤ ਆਪਣੇ ਉੜੀ ਚੱਲਦੀ ਆ, ਹੌਲੈਂਡ ਥੋੜ੍ਹੀ ਜਿਹੀ ਪਰੇ ਚੱਲਦੀ ਆ ਅਤੇ ਜਿਹੜੀ ਦੂਜੀ ਪਰੀਤ ਆ ਪੀੜੀ ਉਹ ਵੀ ਥੋੜ੍ਹੀ ਜਿਹੀ ਪਰੇ ਚੱਲਦੀ ਆ। ਨਹੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਕਰੀਏ। ਬਹੁਤ ਵੀਰ ਕਹਿੰਦੇ ਨੇ ਕਈ ਮਸ਼ੀਨਾਂ ਚਲਾਉਂਦੇ ਹਾਂ ਆਪਾਂ, ਮਿੱਤਰੋ ਮੱਕੀ ਦੇ 3 ਚਲਾਉਂਦੇ ਹਾਂ, ਚੌਥੀ ਮਸ਼ੀਨ ਜੇ ਮੀਂਹ ਪੈ ਗਿਆ ਤਾਂ ਆਪ ਚੱਲੂਗੀ, ਨਹੀਂ ਆਪਣੀ ਖੜੀ ਆ ਜਿਹੜੀ ਛੋਟੀ ਆ। ਆਹ ਦੇਖੋ ਆਹ ਗੱਲਾਂ ਨੇ, ਆਹ ਬਾਤਾਂ ਨੇ ਮਿੱਤਰੋ। ਜੇ ਕਿਸੇ ਨੂੰ ਫਿਰ ਨਹੀਂ ਪਤਾ ਲੱਗਿਆ ਤਾਂ ਜ਼ਰੂਰ ਫੋਨ ਕਰ ਲਿਆ ਕਰੋ, ਕੋਈ ਚੱਕਰ ਨਹੀਂ। ਹੁਣ ਆਪਾਂ ਬਿਨਾਂ ਵਾਹੇ ਪਾਣੀ ਛੱਡਿਆ, ਖਾਲੀਆਂ 'ਚ ਪਾਣੀ ਵੀ ਛੇਤੀ ਚੱਲਿਆ ਜਾਊਗਾ। ਉਕਣ ਵਾਹੇ 'ਤੇ ਪਾਣੀ ਵੀ ਬਹੁਤ ਘੱਟ ਤੁਰਦਾ, ਇੱਕ ਲਾਈਟ ਨਹੀਂ ਸਾਥ ਦਿੰਦੀ ਅਤੇ ਮਿੱਤਰੋ ਅੱਗ ਲਾਉਣ ਦਾ ਕਾਰਨ ਇਹ ਹੋ ਗਿਆ ਵੀ ਛੱਲੀ ਪਈ ਬਹੁਤ ਹੈ, ਹਨੇਰੀ ਕਾਰਨ ਨੁਕਸਾਨ ਹੋਣ ਕਾਰਨ ਕਰਕੇ ਅੱਗ ਲਾ ਰਹੇ ਹਾਂ। ਉਹਦੇ ਲਈ ਆਪਾਂ ਚਾਹੁੰਦੇ ਹਾਂ ਮਾਫ਼ੀ। ਪਿਛਲੇ ਸਾਲ ਤੁਸੀਂ ਦੇਖਿਆ ਆਪਾਂ ਸਾਰਾ ਵਿੱਚ ਵਾਹਿਆ, ਦੀ ਜਿਹੜੇ ਖੇਤ ਆਪਾਂ ਨੂੰ ਸਹੀ ਲੱਗਦੇ ਨੇ ਆਪਾਂ ਹੁਣ ਵੀ ਵਿੱਚ ਵਾਹੇ ਨੇ। ਅਤੇ ਆਹ ਦੇਖੋ ਆਹ ਪਲਾਟਾਂ ਦੀ ਲਾਈ ਆ ਅੱਗ ਅਤੇ ਆ ਲਾਈਆਂ ਨੇ ਬੀਬੀਆਂ ਆਂਟੀਆਂ ਚੋਣ ਛੱਲੀਆਂ, ਛੱਲੀਆਂ ਬਹੁਤ ਪਈਆਂ ਨੇ, ਜਿੱਥੇ ਪਈਆਂ ਨੇ 5-5, 6-6 ਇਕੱਠੀਆਂ ਪਈਆਂ ਨੇ। ਆਹ ਦੇਖੋ ਇਸ ਕਰਕੇ ਅੱਗ ਲਾਉਣੀ ਪਈ ਆ। ਮੋਟਰਾਂ 2 ਚੱਲਦੀਆਂ ਨੇ ਅਤੇ 11 ਲੱਗ ਗਿਆ ਥੱਲੇ। ਮਸ਼ੀਨ ਵੀ ਆਪਣੀਆਂ ਚੱਲਦੀ ਆ ਸਾਹਮਣੇ। ਹਾਂਜੀ ਲਾਗੇ ਦੀ ਆਪਾਂ ਇਹਨੂੰ ਵਾਹੁਣ ਕੱਦੂ ਕਰਨ, ਕਿਉਂਕਿ 11 ਆਪਣਾ ਭਰ ਗਿਆ, ਨਾ ਜੱਸਾ ਆਇਆ ਅਤੇ ਨਾ ਰੀਪੂ ਆਇਆ। ਅੱਜ ਆਪਾਂ ਨੂੰ ਆਪ ਹੀ ਹੈਰੋ, ਮੈਂ ਤਾਂ ਉੱਧਰ ਦੇਖ ਕੇ ਆਇਆ ਪਿਆਰੇ, ਉੱਧਰ ਵੀ ਭਰਿਆ ਪਿਆ ਕਰਦੇ ਹਾਂ ਲੱਗੇ ਹੋਏ ਹਾਂ। ਅਗਲੇ ਪਿਆਰੇ ਨੂੰ ਪਾਣੀ ਕੱਢਤਾ, ਉਹ ਜੀ ਮਿੱਤਰੋ ਇੱਦਾਂ ਦਾ ਹੋ ਗਿਆ ਤਿਆਰ। 2 ਵਾਰ ਆਪਾਂ ਵਾਹਤਾ, ਹੁਣ ਛੱਡਦੇ ਹਾਂ ਅਤੇ ਸੁਹਾਗਾ ਦੇਖਦੇ ਹਾਂ। ਛੱਡ ਕੇ 2 ਵਾਰੀ ਕਰਦੇ ਹਾਂ ਇਹਨੂੰ ਓਕੇ, ਰਿਪੋਰਟ ਨਾਲ ਹੁੰਦਾ ਹੀ ਪਾਣੀ ਹਿਸਾਬ ਦਾ ਹੀ ਆ ਅਤੇ ਬਾਅਦ 'ਚ ਪਾ ਦਾਂਗੇ ਪਾਣੀ। ਸੁਹਾਗਾ ਦੇਖਦੇ ਹਾਂ ਛੱਡ ਕੇ। ਲਓ ਜੀ ਮਿੱਤਰੋ 1:46 ਦੀ ਭੱਜੀ ਹੋਈ ਆ ਲਾਈਟ, 1:11 ਤਾਂ ਹੋ ਗਿਆ ਅਤੇ ਆ ਦੂਸਰਾ ਅੱਧ ਵਿਚਾਲਾ ਜਿਹਾ ਹੋ ਗਿਆ, ਭਰਿਆ ਵੀ ਨਹੀਂ ਹੈਗਾ। ਰੋਜ਼ਾਨਾ ਦਾ ਹੀ ਕੰਮ ਹੈ, 1:30, 2 ਵਜੇ ਭਜਾ ਲੈਂਦੇ ਨੇ, ਪਾਵਰ ਘੱਟ ਕਾਰਨ ਕਹਿੰਦੇ ਬੰਦ ਕਰੀ ਵੀ ਆ, ਸਮਝ ਤੋਂ ਬਾਹਰ। ਲਓ ਜੀ 3602 ਬਹਿ ਗਿਆ, ਜੰਮ ਗਿਆ ਕੱਦੂ ਉਹਦੇ ਕਰਕੇ ਬੈਠ ਗਿਆ ਅਤੇ ਹੁਣ ਚੌਂੜੀ ਕਰਨਾ ਪਾ ਕੇ ਕੱਢਦੇ ਹਾਂ। ਪੈਡ ਲੱਗੇ ਵੀ ਜੀ ਫਿਰ ਵੀ ਬਹਿ ਗਿਆ। ਓ ਜੀ ਮਿੱਤਰੋ ਲਾਗੇ ਜੀ ਇਹਦੇ ਵੀ ਸੁਹਾਗਾ ਮਾਰਨ ਅਤੇ ਜੌਂਡੀਅਰ ਚੱਲਦਾ ਰਾਜੇ ਬਾਈ ਕੋਲ, ਉਹ ਇੱਥੇ ਇਹ ਫਸ ਗਿਆ ਸੀ 3602, ਮੈਂ ਉਹਨੂੰ ਜੌਂਡੀਅਰ ਬਣਾਇਆ, ਮੈਂ ਕਿਹਾ ਮੈਂ ਮਾਰ ਦੇਣਾ 3602 ਨਾਲ, ਉਹ ਉੱਪਰ ਲੈ ਕੇ ਆ ਰਹੇ 'ਚ
ਇਹ 'ਚ ਵੀ ਔਖਾ ਹੀ ਤੁਰਦਾ ਟਰੈਕਟਰ, ਕਿਉਂਕਿ ਅੱਜ ਦੂਸਰਾ ਦਿਨ ਆ ਪਾਣੀ ਪੈਂਦੇ ਨੂੰ, ਅਤੇ ਅੱਜ ਫਿਰ ਲੈਟਰ ਨੇ ਸਾਥ ਨਹੀਂ ਦਿੱਤਾ, ਉਹਦੇ ਕਰਕੇ ਪਤਲਾ ਪਤਲਾ ਹੀ ਮਾਰਨਾ ਪੈਣਾ। ਪਾਣੀ 'ਚ ਸੁਹਾਗਾ ਮਿੱਤਰੋ, ਅੱਜ ਨਵੀਂ ਤਕਨੀਕ ਦੀ ਮਸ਼ੀਨ ਆਪਣੇ ਕੋਲ ਫਿਰ ਪਹੁੰਚ ਗਈ ਫਰੀਦ ਦੀ, ਰੈੱਡ ਗਟਰ ਦੇ ਨਾਲ ਨਵਾਂ ਹੀ ਗਟਰ ਆ ਅਤੇ ਨਵੀਂ ਉਹ ਮਸ਼ੀਨ ਆ। ਫਰੀਦ ਨੇ ਕਾਢ ਵੱਖਰੀ ਉਹ ਕਰਤੀ, ਉਹ ਅਜੇ ਆਪਾਂ ਦਿਖਾਉਣੀ ਨਹੀਂ ਹੈਗੀ, ਉਹ ਤੁਹਾਨੂੰ ਦੱਸਦਾ ਵੀ ਕਾਢ ਵੱਖਰੀ ਉਹ ਕਰਤੀ। ਫਿਲਹਾਲ ਆਉਂਦਾ ਇੱਕ ਵੀ ਦਾਣੇ ਦਾ ਟੋਟਾ ਨਹੀਂ ਹੈਗਾ, ਟੈਸਟਿੰਗ ਲਈ ਚੱਲ ਰਹੀ ਆ। ਕਰੋ ਹੋਰ ਵੀ ਹਿੱਸਾ ਡਿਜ਼ਾਇਨ ਚੈੱਕ, ਇਹ ਵੀ ਫਰੀਦ ਦੀ ਆਪਣੀ ਕਾਢ ਹੈ। ਚੱਕਤਾ ਜਗਾੜੂ ਟਾਟਾ ਦੇ ਹਿੱਸੇ ਉੱਤੇ ਕਰਤੇ ਫੇਰ ਸਭ ਆਪਦਾ ਹੀ ਕਰ ਸਕਦੀਆਂ, ਉਹ ਲੋਕੇ ਟੈਂਕੋ ਨੇ ਸੀ ਦੇ ਵਿੱਚ ਜਿੰਨੇ ਗੇਅਰ ਦੇ ਸਹੀ ਚੱਕਰ ਨੇ, ਤਾਂ ਬਾਕੀ ਗੇਅਰ ਲਾਈ ਜਾਏ ਉਹ ਨਹੀਂ ਭਾਂਤੀ ਮਗਰ ਹੋ ਕੇ ਕਦੇ ਕੁਛ ਭਾਂਤ ਸੀ ਕਦੇ ਕੁਛ ਭਾਂਤ ਸੀ ਜਿਲ੍ਹੇ ਦੇ ਵਿੱਚ। ਮੈਂ ਨੰਬਰ ਵਨ ਓਕੇ ਰਿਪੋਰਟ ਕਰਤੀ ਅੰਕਲ ਵੀ ਆਏ ਬਣੇ ਆ ਦੇਖੋ ਨਾਲ, ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਮਸ਼ੀਨ ਪਹਿਲਾਂ ਲਾਂਚ ਹੁੰਦੀ ਆ ਬਾਅਦ 'ਚ ਲਾਂਚ ਕਰਦੇ ਹਾਂ, ਪਹਿਲਾਂ ਆਪਾਂ ਟੈਸਟ ਕਰ ਲਈ ਦੀ ਆ ਪੂਰੀ ਆਪਣੀ, ਉਹ ਤੋਂ ਬਾਅਦ ਫਿਰ ਕਸਟਮਰਾਂ ਤੱਕ ਪਹੁੰਚਾਈ ਦੀ ਆ। ਇਹ ਆਪਣੇ ਕੋਲ ਚੱਲ ਰਹੀ ਆ ਟੈਂਪੋ 'ਤੇ, ਬਹੁਤ ਵਧੀਆ ਚੱਲਦੀ ਆ, ਕੋਈ ਪ੍ਰੋਬਲਮ ਨਹੀਂ। ਆਉਣ ਵਾਲੇ ਸਾਲਾਂ 'ਚ ਤੁਹਾਨੂੰ ਦੇਖਣ ਨੂੰ ਮਿਲੂਗੀ, ਇਹ ਤੋਰਾ ਕਰੋ ਚੈੱਕ ਪੂਰਾ ਵਧੀਆ। ਦਾਣਾ ਕਰੋ ਚੈੱਕ, ਕੋਈ ਦਾਣਾ ਨਹੀਂ ਹੈਗਾ, ਐਨ ਵਧੀਆ ਓਕੇ ਆ ਰਿਪੋਰਟ। ਆਪਾਂ ਤੁਹਾਨੂੰ ਮੋਟੀ ਮੋਟੀ ਦਿਖਾ ਦੀ, ਕਿਉਂਕਿ ਆਪਾਂ ਨੇ ਹਲੇ ਲੀਕ ਆਊਟ ਨਹੀਂ ਕਰਨੀ ਇਹ, ਉਹਦੇ ਕਰਕੇ ਤੁਹਾਨੂੰ ਦੱਸਤਾ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਨਵਾਂ ਤੋਹਫਾ ਦਊਗੀ ਪ੍ਰੀਤ ਤੁਹਾਨੂੰ। ਦਾਣੇ ਪਾਉਣ ਲੱਗਿਆ ਤਾਂ ਦਿਖਾਉਂਦੇ ਹਾਂ ਤੁਹਾਨੂੰ ਕੁਆਲਿਟੀ ਦਾਣਿਆਂ ਦੀ। ਰਾਜਾ ਬਾਈ ਚਲਾ ਰਿਹਾ ਸੀ, ਦਿਖਾਉਂਦੇ ਹਾਂ ਤੁਹਾਨੂੰ ਕੁਆਲਿਟੀ ਦਾਣਿਆਂ ਦੀ ਕੀ ਆ ਰਹੀ ਆ। ਉਗਰ ਕਰੋ ਚੈੱਕ ਕੁਆਲਿਟੀ ਦਾਣਿਆਂ ਦੀ, ਮੋਤੀਆਂ ਵਰਗੇ ਕੱਢਦੀ ਆ ਮਸ਼ੀਨ, ਮੋਤੀਆਂ ਵਰਗੇ। ਫੁੱਲ ਓਕੇ ਰਿਪੋਰਟ ਆ ਜੀ ਪੂਰੀ।
ਦਾਣਿਆਂ ਦੀ ਕੁਆਲਿਟੀ ਦੀ। ਕੋਈ ਗੁੱਲੇ ਦੀ ਸ਼ਿਕਾਇਤ ਨਹੀਂ, ਐਨ ਓਕੇ ਰਿਪੋਰਟ, ਪੂਰੀ ਸਫਾਈ।